पिछले लंबे समय तो सरकारी मुलाजमान के वालों अपनी मंगा नू लेके लगातार संघर्ष किया जा रहा है, जिसके चलते डिप्टी कमिश्नर दफ्तर के समूह कर्मचारी पिछले 13 दिन तो समूहिक छुट्टी लेके हड़ताल से हैं। इसी तरह होर विभागों के कर्मचारियों के वालों रोस प्रदर्शन जारी है। इसे ही लड़ी के तहत मुलाजमान के सांझे मुहाज वालों तरन तारण के डिप्टी कमिश्नर दफ्तर के बाहर गेट रैली कर रोस प्रदर्शन कर पंजाब सरकार और खजाना मंत्री मनप्रीत बादल खिलाफ नारेबाजी करद पिट स्यापा किया गया। ਰੂਹਾਂ 'ਤੇ ਬੈਠੇ ਉਹਨਾਂ ਕਿਸਾਨਾਂ ਦਾ, ਉਹਨਾਂ ਯੋਧਿਆਂ ਦਾ, ਵਪਾਰੀਆਂ ਦਾ, ਮੁਲਾਜ਼ਮਾਂ ਦਾ, ਕਿਰਤੀਆਂ ਨੂੰ ਸਲਾਮ ਕਰਦਾ। ਪਿਛਲੇ ਸਮੇਂ ਦੌਰਾਨ ਕੇਂਦਰ ਦੀ ਫਾਸ਼ੀਕਰਨ ਸਰਕਾਰ ਨੇ ਸਾਡੇ 'ਤੇ ਜੋ 3 ਖੇਤੀ ਕਾਨੂੰਨ ਜਿਹੜੇ ਆ ਜਬਰੀ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ, ਡਟਵਾਂ ਉਹਨਾਂ ਦਾ ਰੋਸ ਪ੍ਰਗਟ ਕਰ ਰਹੇ ਹਾਂ। ਇਸੇ ਲੜੀ ਤਹਿਤ ਸਰਕਾਰ ਨਿੱਜੀਕਰਨ ਨੂੰ ਬੜਾਵਾ ਦਿੰਦੇ ਹੋਏ ਨਿਊ ਐਜੂਕੇਸ਼ਨ ਪਾਲਿਸੀ 2020 ਜਿਹੜੀ ਆ ਉਹ ਸਕੂਲਾਂ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜਿਹਨੂੰ ਅਸੀਂ ਕਿਸੇ ਵੀ ਹੱਦ ਤੱਕ ਬਰਦਾਸ਼ਤ ਨਹੀਂ ਕਰਾਂਗੇ ਅਤੇ ਨਾ ਹੀ ਉਹ ਐਜੂਕੇਸ਼ਨ ਪਾਲਿਸੀ ਇਹਨਾਂ ਸਕੂਲਾਂ ਦੇ ਵਿੱਚ ਲਾਗੂ ਕਰਨ ਦਿਆਂਗੇ। ਪਿਛਲੇ ਸਮੇਂ ਤੋਂ ਕਿਸਾਨ ਯੋਧੇ ਇਹ ਸਾਰੇ ਭਰਾਤਰੀ ਜਥੇਬੰਦੀਆਂ ਇਕੱਠੀਆਂ ਹੋ ਕੇ ਬਹੁਤ ਹੀ ਸੱਜੇ ਢੰਗ ਦੇ ਨਾਲ ਸ਼ਾਂਤਮਈ ਜਿਹੜੇ ਆ ਰੋਸ ਪ੍ਰਦਰਸ਼ਨ ਜਿਹੜੇ ਆ ਉਹ ਲਗਾਤਾਰ ਕੇਂਦਰ ਸਰਕਾਰ ਦੇ ਵਿਰੁੱਧ ਕਰ ਰਹੇ ਆ ਅਤੇ ਅਪੀਲ ਕਰ ਰਹੇ ਆ ਕਿ ਇਹਨਾਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰੋ, MSP ਲਾਗੂ ਕਰੋ ਅਤੇ ਨਿੱਜੀਕਰਨ ਨੂੰ ਬੜਾਵਾ ਦੇਣ ਜਿਹੜਾ ਉਹ ਬੰਦ ਕਰੋ। ਇਸੇ ਲੜੀ ਤਹਿਤ ਅੱਜ ਸੂਬੇ ਦੇ ਹਦਾਇਤਾਂ ਮੁਤਾਬਕ ਜਿਹੜੇ ਆ ਹਰ ਮੁਲਾਜ਼ਮ, ਹਰ ਕਿਰਤੀ, ਹਰ ਵਪਾਰੀ ਵਰਗ ਜਿਹੜਾ, ਕਿਸਾਨੀ ਵਰਗ ਜਿਹੜਾ ਨਾਲ ਜਿਹੜਾ ਜੁੜੇ ਆ ਉਹ ਆਪਣੇ ਨਿੱਜੀ ਵਾਹਨਾਂ ਦੇ ਉੱਤੇ ਅਤੇ ਘਰਾਂ ਦੇ ਉੱਤੇ ਕਾਲੇ ਝੰਡੇ ਲਾ ਕੇ, ਕਾਲੇ ਬਿੱਲੇ ਲਾ ਕੇ ਇਹ ਕੇਂਦਰ ਸਰਕਾਰ ਵਿਰੁੱਧ ਜਿਹੜਾ ਉਹ ਰੋਸ ਪ੍ਰਦਰਸ਼ਨ ਕਰ ਰਹੇ ਆ। ਪਿਛਲੇ ਸਮੇਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਸਾਡੇ ਜਿਹੜੇ ਆ ਯੋਧੇ ਜਿਹੜੇ ਆ ਉਹ ਸ਼ਹੀਦ ਹੋ ਗਏ ਆ। ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਤੂੰ ਆਪਣੀਆਂ ਇਹ ਚਾਲਾਂ ਛੱਡ ਕੇ ਇਹਨਾਂ ਮਜ਼ਦੂਰਾਂ ਦਾ, ਇਹਨਾਂ ਕਿਸਾਨਾਂ ਦੇ ਹਿੱਤ ਦੀ ਗੱਲ ਕਰ ਅਤੇ ਇਹਨਾਂ ਨੂੰ ਨਿਆਂ ਦੇ ਕੇ ਦਿੱਲੀ ਦੀਆਂ ਬਰੂਹਾਂ ਤੋਂ ਆਪਣੇ ਘਰਾਂ ਦੇ ਵਿੱਚ ਜਿਹੜਾ ਉਹ ਵਾਪਸ ਭੇਜ। ਧੰਨਵਾਦ ਜੀ। ਸਭ ਤੋਂ ਪਹਿਲਾਂ ਮੇਰੇ ਸਾਥੀਆਂ ਨੇ ਦੱਸ ਦਿੱਤਾ, ਜਿਹੜਾ ਸਾਂਝੇ ਅਧਿਆਪਕ ਮੋਰਚੇ ਵੱਲੋਂ ਜਿਹੜਾ ਪੰਜਾਬ ਸਰਕਾਰ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਜਿਹੜਾ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ, ਟੀਚਰਾਂ ਨੂੰ ਛੁੱਟੀਆਂ ਦੇ ਵਿੱਚ ਵੀ ਜਿਹੜਾ ਤੰਗ ਕੀਤਾ ਜਾ ਰਿਹਾ ਵਾ ਅਤੇ ਜਿਹੜੇ ਸਾਡੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ, ਪੁਰਾਣੀ ਜਿਹੜੀ ਪੈਨਸ਼ਨ ਉਹਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਅਤੇ ਜਿਹੜੇ ਜਿੱਦਾਂ ਸਾਡੇ ਕੰਪਿਊਟਰ ਟੀਚਰ ਨੇ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ, ਜਿਹੜੇ ਸਾਡੇ AI ਜਿਹੜੇ ਟੀਚਰ ਨੇ ਪ੍ਰੀ ਪ੍ਰਾਇਮਰੀ ਦੇ ਵਿੱਚ ਉਹਨਾਂ ਦਾ ਵੀ ਆ ਇੱਕ ਟੈਸਟ ਰੱਖਤਾ ਵਾ ਜਿਹੜਾ ਕਿ ਉਹ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹਨਾਂ ਨੂੰ 16-16 17-17 ਸਾਲਾਂ ਤੋਂ ਅੱਗੇ ਹੀ ਵਿਭਾਗ ਦੇ ਵਿੱਚ ਪੜ੍ਹਾ ਰਹੇ ਨੇ ਅਤੇ ਇਹਨਾਂ ਨੂੰ ਜਿਹੜਾ ਉਹ ਰੈਗੂਲਰ ਕਰਨਾ ਚਾਹੀਦਾ ਸੀ, ਉਹ ਨਹੀਂ ਕੀਤਾ। ਸੋ ਸਾਂਝੇ ਅਧਿਆਪਕ ਮੋਰਚੇ ਵੱਲੋਂ ਜਿਹੜਾ ਪੰਜਾਬ ਭਰ ਦੇ ਵਿੱਚ ਜਿਹੜਾ ਉਹ ਸੰਘਰਸ਼ ਕੀਤਾ ਜਾ ਰਿਹਾ, ਜਿਹਦੇ ਲੜੀ ਤਹਿਤ ਤਰਨ ਤਾਰਨ ਦੇ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਵੱਲੋਂ ਸਾਂਝੇ ਸੰਘਰਸ਼ ਕਮੇਟੀ ਵੱਲੋਂ ਜਿਹੜਾ ਉਹ ਸਰਕਾਰ ਦੇ ਪੁਤਲੇ ਲੂਹੇ ਗਏ ਅਤੇ DC ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ YouTube 'ਤੇ।